ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਇੱਕ ਅਜਿਹਾ ਰੇਲਵੇ ਸਟੇਸ਼ਨ ਵੀ ਹੈ ਜਿੱਥੇ 42 ਸਾਲਾਂ ਤੱਕ ਕਦੇ ਵੀ ਕੋਈ ਵੀ ਟ੍ਰੇਨ ਨਹੀਂ ਰੁਕੀ ਸੀ ਤੇ ਜਦੋਂ ਵੀ ਕੋਈ ਟ੍ਰੇਨ ਇਸ ਰੇਲਵੇ ਸਟੇਸ਼ਨ ਦੇ ਅੱਗੇੋਂ ਦੀ ਲੰਘਦੀ ਤਾਂ ਡਰਾਈਵਰ ਟ੍ਰੇਨ ਨੂੰ ਰੋਕਣ ਦੀ ਬਜਾਏ ਹੋਰ ਤੇਜ਼ ਕਰ ਲੈਂਦਾ ਸੀ ਇਸ ਰੇਲਵੇ ਸਟੇਸ਼ਨ ਦਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਖੌਫ ਸੀ ਕਿ ਜਦੋਂ ਇਹ ਸਟੇਸ਼ਨ ਆਉਣ ਵਾਲਾ ਹੁੰਦਾ ਸੀ ਤਾਂ ਟ੍ਰੇਨ ਦੇ ਵਿੱਚ ਬੈਠੇ ਯਾਤਰੀ ਟ੍ਰੇਨ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਇਹ ਰੇਲਵੇ ਸਟੇਸ਼ਨ ਲੰਘਣ ਤੋਂ ਬਾਅਦ ਹੀ ਯਾਤਰੀ ਸੁੱਖ ਦਾ ਸਾਹ ਲੈਂਦੇ ਸਨ ਤੇ ਟ੍ਰੇਨ ਦੇ ਖਿੜਕੀਆਂ ਦਰਵਾਜ਼ੇ ਖੋਲਦੇ ਸਨ ਤੇ ਅਜਿਹਾ ਵੀ ਨਹੀਂ ਸੀ ਕਿ ਇਹ ਰੇਲਵੇ ਸਟੇਸ਼ਨ ਦੇ ਉੱਪਰ ਕੋਈ ਕਰਮਚਾਰੀ ਕੰਮ ਨਹੀਂ ਕਰਦਾ ਸੀ ਪਰ ਜਦੋਂ ਵੀ ਕਰਮਚਾਰੀਆਂ ਦੀ ਨਿਯੁਕਤੀ ਜਾਂ ਕਈ ਉਹਨਾਂ ਦੀ ਡਿਊਟੀ ਇਸ ਰੇਲਵੇ ਸਟੇਸ਼ਨ ਤੇ ਲਗਾਈ ਜਾਂਦੀ ਤਾਂ ਉਹ ਸਾਰਾ ਸਟਾਫ ਕੁਝ ਹੀ ਦਿਨਾਂ ਦੇ ਵਿੱਚ ਇੱਥੋਂ ਭੱਜ ਜਾਂਦਾ ਹੌਲੀ ਹੌਲੀ ਇਸ ਰੇਲਵੇ ਸਟੇਸ਼ਨ ਦਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਉੱਥੇ ਕੋਈ ਵੀ ਰੇਲਵੇ ਦਾ ਕਰਮਚਾਰੀ ਕੰਮ ਹੀ ਨਹੀਂ ਕਰਨਾ ਚਾਹੁੰਦਾ ਸੀ ਤੇ ਰੇਲਵੇ ਕਰਮਚਾਰੀਆਂ ਦਾ ਇਹ ਕਹਿਣਾ ਸੀ ਕਿ ਜੇਕਰ ਸਾਨੂੰ ਜ਼ਬਰਦਸਤੀ ਇਸ ਰੇਲਵੇ ਸਟੇਸ਼ਨ ਤੇ ਤੁਸੀਂ ਨਿਯੁਕਤ ਕੀਤਾ ਤਾਂ ਅਸੀਂ ਜੌਬ ਛੱਡ ਦੇਵਾਂਗੇ ਇੱਥੇ ਕੰਮ ਕਰਨ ਦੀ ਬਜਾਏ ਤੇ ਜਦੋਂ ਰੇਲਵੇ ਨੂੰ ਪਤਾ ਲੱਗ ਗਿਆ ਕਿ ਇਸ ਰੇਲਵੇ ਸਟੇਸ਼ਨ ਦੇ ਉੱਤੇ ਕੋਈ ਵੀ ਕਰਮਚਾਰੀ ਕੰਮ ਨਹੀਂ ਕਰੇਗਾ ਤਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਸ ਸਟੇਸ਼ਨ ਨੂੰ ਬੰਦ ਕਰਨਾ ਪਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਰੇਲਵੇ ਸਟੇਸ਼ਨ ਦੇ ਵਿੱਚ ਅਜਿਹਾ ਕੀ ਸੀ ਜਿਸ ਕਰਕੇ ਕੋਈ ਵੀ ਰੇਲਵੇ ਦਾ ਕਰਮਚਾਰੀ ਇੱਥੇ ਕੰਮ ਨਹੀਂ ਕਰਨਾ ਚਾਹੁੰਦਾ ਸੀ ਤੇ ਕੀ ਕਾਰਨ ਸੀ ਕਿ ਰੇਲ ਦਾ ਡਰਾਈਵਰ ਇਸ ਸਟੇਸ਼ਨ ਆਉਣ ਤੋਂ ਪਹਿਲਾਂ ਹੀ ਰੇਲ ਦੀ ਸਪੀਡ ਤੇਜ਼ ਕਰ ਦਿੰਦਾ ਸੀ ਅਸੀਂ ਗੱਲ ਕਰ ਰਹੇ ਹਾਂ ਵੈਸਟ ਬੰਗਾਲ ਤੋਂ 260 ਕਿਲੋਮੀਟਰ ਦੂਰ ਡਿਸਟ੍ਰਿਕਟ ਪੁਰਲੀਆ ਦੀ ਇਸ ਡਿਸਟ੍ਰਿਕਟ ਤੋਂ 50 ਕਿਲੋਮੀਟਰ ਦੂਰ ਇੱਕ ਪਿੰਡ ਵਸਿਆ ਹੋਇਆ ਹੈ ਇਸ ਪਿੰਡ ਦਾ ਨਾਮ ਹੈ ਬੇਗੁਨ ਕੁਡਾਰਾ ਤੇ ਬੇਗੁਨ ਕੁਡਾਰ ਨਾਮ ਦਾ ਇੱਥੇ ਇੱਕ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਹੈ ਜਿਸ ਨੂੰ ਭੂਤੀਆ ਰੇਲਵੇ ਸਟੇਸ਼ਨ ਮੰਨਿਆ ਜਾਂਦਾ ਸੀ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਇਹ ਹੈ ਜੀ ਇੱਕ ਭੂਤੀਆ ਸਟੇਸ਼ਨ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਰੇਲਵੇ ਦੇ ਰਿਕਾਰਡ ਦੇ ਵਿੱਚ ਵੀ ਇਸ ਸਟੇਸ਼ਨ ਨੂੰ ਭੂਤੀਆ ਸਟੇਸ਼ਨ ਦੇ ਨਾਮ ਦੇ ਨਾਲ ਦਰਜ ਕੀਤਾ ਗਿਆ ਹੈ 1965 ਦੇ ਵਿੱਚ ਇਹ ਰੇਲਵੇ ਸਟੇਸ਼ਨ ਨੂੰ ਚਾਲੂ ਕਰ ਦਿੱਤਾ ਗਿਆ ਸੀ ਤੇ ਇਹ ਰੇਲਵੇ ਸਟੇਸ਼ਨ ਬਣਨ ਤੋਂ ਬਾਅਦ ਬੇਗੁਨ ਕੁਡਾਰਾ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਇੱਕ ਬਹੁਤ ਵੱਡੀ ਪਰੇਸ਼ਾਨੀ ਦਾ ਹੱਲ ਹੋ ਗਿਆ ਸੀ ਕਿਉਂਕਿ ਇਹ ਸਟੇਸ਼ਨ ਬਣਨ ਤੋਂ ਪਹਿਲਾਂ ਉਹਨਾਂ ਨੂੰ ਟ੍ਰੇਨ ਲੈਣ ਦੇ ਲਈ 30 ਤੋਂ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਜਿਵੇਂ ਹੀ ਇਹ ਰੇਲਵੇ ਸਟੇਸ਼ਨ ਦੀ ਸ਼ੁਰੂਆਤ ਹੋਈ ਤਾਂ ਪਿੰਡ ਦੇ ਲੋਕ ਆਉਣ ਜਾਣ ਦੇ ਲਈ ਇਸ ਰੇਲਵੇ ਸਟੇਸ਼ਨ ਤੋਂ ਹੀ ਹੁਣ ਟ੍ਰੇਨ ਲੈਣ ਲੱਗੇ ਇਹ ਰੇਲਵੇ ਸਟੇਸ਼ਨ ਬਣਨ ਤੋਂ 5 ਸਾਲ ਬਾਅਦ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ 5 ਸਾਲਾਂ ਬਾਅਦ ਇਸ ਸਟੇਸ਼ਨ ਦੇ ਉੱਪਰ ਮੋਹਨ ਲਾਮ ਦੇ ਇੱਕ ਸਟੇਸ਼ਨ ਮਾਸਟਰ ਨੂੰ ਲਗਾਇਆ ਗਿਆ ਤੇ ਇੱਕ ਦਿਨ ਸਟੇਸ਼ਨ ਮਾਸਟਰ ਮੋਹਨ ਨੇ ਦੇਖਿਆ ਕਿ ਜਿਵੇਂ ਹੀ ਟ੍ਰੇਨ ਇਸ ਸਟੇਸ਼ਨ ਦੇ ਕੋਲ ਆਉਂਦੀ ਹੈ ਤਾਂ ਰੇਲਵੇ ਪਲੇਟਫਾਰਮ ਤੇ ਇੱਕ ਲੜਕੀ ਟ੍ਰੇਨ ਦੇ ਨਾਲ ਨਾਲ ਭੱਜ ਰਹੀ ਹੈ ਹਾਲਾਂਕਿ ਸਟੇਸ਼ਨ ਮਾਸਟਰ ਮੋਹਨ ਨੇ ਇਹ ਚੀਜ਼ ਨੂੰ ਦੇਖ ਕੇ ਅਣਗੌਲਿਆ ਕਰ ਦਿੱਤਾ ਪਰ ਅਗਲੇ ਦਿਨ ਫਿਰ ਤੋਂ ਸਟੇਸ਼ਨ ਮਾਸਟਰ ਨੇ ਉਸ ਲੜਕੀ ਨੂੰ ਉਸ ਤਰ੍ਹਾਂ ਹੀ ਕਰਦਿਆਂ ਦੇਖਿਆ ਕਿ ਉਹ ਸਟੇਸ਼ਨ ਦੇ ਉੱਪਰ ਪਲੇਟਫਾਰਮ ਤੇ ਟ੍ਰੇਨ ਦੇ ਨਾਲ ਨਾਲ ਭੱਜ ਰਹੀ ਸੀ ਇੱਥੋਂ ਤੱਕ ਕਿ ਉਹ ਟ੍ਰੇਨ ਤੋਂ ਤੇਜ਼ ਦੌੜ ਰਹੀ ਸੀ ਤੇ ਉਹ ਲੜਕੀ ਨੇ ਭੱਜਦੇ ਭੱਜਦੇ ਟ੍ਰੇਨ ਨੂੰ ਪਿੱਛੇ ਛੱਡ ਦਿੱਤਾ ਤੇ ਉਹ ਅੱਗੇ ਜਾ ਕੇ ਰੇਲਵੇ ਦੀਆਂ ਪਟੜੀਆਂ ਦੇ ਉੱਪਰ ਭੱਜਣ ਲੱਗੀ ਇਹ ਨਜ਼ਾਰਾ ਸਟੇਸ਼ਨ ਮਾਸਟਰ ਮੋਹਨ ਦੇ ਲਈ ਕੁਝ ਜ਼ਿਆਦਾ ਹੀ ਹੈਰਾਨ ਕਰਨ ਵਾਲਾ ਸੀ ਤੇ ਟ੍ਰੇਨ ਦੇ ਵਿੱਚ ਬੈਠੇ ਹੋਏ ਯਾਤਰੀਆਂ ਨੇ ਵੀ ਕਿਹਾ ਕਿ ਜਦੋਂ ਇਹ ਸਟੇਸ਼ਨ ਆਉਂਦਾ ਹੈ ਤਾਂ ਅਸੀਂ ਵੀ ਕਈ ਵਾਰ ਦੇਖਿਆ ਹੈ ਕਿ ਇਸ ਟ੍ਰੇਨ ਦੇ ਨਾਲ ਨਾਲ ਇੱਕ ਲੜਕੀ ਭੱਜ ਰਹੀ ਹੁੰਦੀ ਹੈ ਤੇ ਲੋਕਾਂ ਨੇ ਦੱਸਿਆ ਕਿ ਕਈ ਵਾਰ ਸਟੇਸ਼ਨ ਦੇ ਉੱਪਰ ਇਹ ਲੜਕੀ ਪਲੇਟਫਾਰਮ ਦੇ ਉੱਪਰ ਨੱਚਣ ਲੱਗ ਜਾਂਦੀ ਹੈ ਤੇ ਕਈ ਵਾਰ ਇਹ ਰੇਲਵੇ ਦੀਆਂ ਪਟੜੀਆਂ ਦੇ ਉੱਪਰ ਨੱਚਦੀ ਹੈ ਤੇ ਫਿਰ ਗਾਇਬ ਹੋ ਜਾਂਦੀ ਹੈ ਸਟੇਸ਼ਨ ਮਾਸਟਰ ਮੋਹਨ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਕੋਈ ਮਾਮੂਲੀ ਲੜਕੀ ਨਹੀਂ ਹੈ ਬਲਕਿ ਇਹ ਕੋਈ ਭੂਤ ਪ੍ਰੇਤ ਹੈ ਹਾਲਾਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਯਕੀਨ ਨਹੀਂ ਕਰਦੇ ਪਰ ਜਿਹੜੀ ਸਟੋਰੀ ਤੇ ਜਿਹੜੀ ਚੀਜ਼ ਰਿਕਾਰਡ ਦੇ ਵਿੱਚ ਹੈ ਉਹੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਹਾਂ ਤੇ ਇਹੀ ਕਾਰਨਾ ਕਰਕੇ ਸਟੇਸ਼ਨ ਮਾਸਟਰ ਮੋਹਨ ਛੁੱਟੀ ਲੈ ਕੇ ਆਪਣੇ ਪਿੰਡ ਚਲਾ ਗਿਆ ਪਰ ਪਿੰਡ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਪਰ ਇੱਥੋਂ ਜਾਣ ਤੋਂ ਪਹਿਲਾਂ ਇਹ ਸਾਰੀ ਕਹਾਣੀ ਸਟੇਸ਼ਨ ਮਾਸਟਰ ਮੋਹਨ ਨੇ ਪਿੰਡ ਦੇ ਲੋਕਾਂ ਨੂੰ ਦੱਸ ਦਿੱਤੀ ਸੀ ਤੇ ਇਹ ਪੂਰੀ ਕਹਾਣੀ ਹੁਣ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਗਈ ਸੀ ਇਸ ਦੇ ਕੁਝ ਦਿਨਾਂ ਬਾਅਦ ਹੀ ਰੇਲਵੇ ਸਟੇਸ਼ਨ ਦੇ ਉੱਪਰ ਦੂਸਰੇ ਸਟਾਫ ਨੂੰ ਲਗਾਇਆ ਗਿਆ ਤੇ ਉਹਨਾਂ ਨੇ ਵੀ ਸੇਮ ਇਹੀ ਚੀਜ਼ ਨੂੰ ਉੱਥੇ ਵਾਰ-ਵਾਰ ਹੁੰਦੇ ਦੇਖਿਆ ਉਹ ਸਟਾਫ ਨੇ ਵੀ ਕੁਝ ਦਿਨਾਂ ਬਾਅਦ ਐਪਲੀਕੇਸ਼ਨ ਦੇ ਦਿੱਤੀ ਕਿ ਅਸੀਂ ਵੀ ਇਹ ਰੇਲਵੇ ਸਟੇਸ਼ਨ ਦੇ ਉੱਤੇ ਕੰਮ ਨਹੀਂ ਕਰਨਾ ਚਾਹੁੰਦੇ ਸਾਨੂੰ ਇੱਥੋਂ ਬਦਲਿਆ ਜਾਵੇ ਤੇ ਫਿਰ ਇਸ ਤੋਂ ਬਾਅਦ ਤੀਸਰੇ ਸਟੇਸ਼ਨ ਮਾਸਟਰ ਨੂੰ ਇੱਥੇ ਭੇਜਿਆ ਗਿਆ ਤੇ ਉਸ ਦੇ ਨਾਲ ਵੀ ਬਿਲਕੁਲ ਅਜਿਹਾ ਹੀ ਹੋਇਆ ਇਹ ਸਾਰਾ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਹੁਣ ਪਿੰਡ ਦੇ ਲੋਕ ਵੀ ਇਸ ਰੇਲਵੇ ਸਟੇਸ਼ਨ ਤੋਂ ਖੌਫ ਖਾਣ ਲੱਗੇ ਸਨ ਤੇ ਹੁਣ ਕੋਈ ਵੀ ਇਸ ਰੇਲਵੇ ਸਟੇਸ਼ਨ ਦੇ ਉੱਪਰ ਰਾਤ ਨੂੰ ਤੱਕ ਹੀ ਦਿਨ ਨੂੰ ਵੀ ਨਹੀਂ ਆਉਣਾ ਚਾਹੁੰਦਾ ਸੀ ਇੱਥੋਂ ਤੱਕ ਕਿ ਇਸ ਪਿੰਡ ਦੇ ਵਸਨੀਕ 30 ਤੋਂ 40 ਕਿਲੋਮੀਟਰ ਦੂਰ ਬਣੇ ਹੋਏ ਦੂਜੇ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਨ ਲੱਗੇ ਸਨ ਤੇ ਹੁਣ ਇਹ ਰੇਲਵੇ ਸਟੇਸ਼ਨ ਭੂਤੀਆ ਸਟੇਸ਼ਨ ਦੇ ਨਾਮ ਤੇ ਪੂਰੇ ਬੰਗਾਲ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਸੀ ਇਹ ਗੱਲ ਹੌਲੀ ਹੌਲੀ ਕਲਕੱਤੇ ਤੱਕ ਪਹੁੰਚ ਗਈ ਤੋਂ ਤੱਕ ਕਿ ਬੰਗਾਲ ਦੇ ਉਪ ਮੁੱਖ ਮੰਤਰੀ ਜਾਨੀ ਕਿ ਡਿਪਟੀ ਸੀਐਮ ਸੁਧੀਰ ਮਹਿਤੋ ਦਾ ਜਿਨ੍ਹਾਂ ਦਾ ਇਲਾਕਾ ਵੀ ਇਸ ਸਟੇਸ਼ਨ ਦੇ ਨੇੜੇ ਤੇੜੇ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਇਸ ਸਟੇਸ਼ਨ ਦੇ ਉੱਪਰ ਕੋਈ ਭੂਤ ਰਹਿੰਦਾ ਹੈ ਤੇ ਹਾਲਾਤ ਕੁਝ ਅਜਿਹੇ ਬਣ ਗਏ ਸਨ ਕਿ ਹੁਣ ਕੋਈ ਵੀ ਕਰਮਚਾਰੀ ਕਿਸੇ ਵੀ ਹਾਲਾਤਾਂ ਦੇ ਵਿੱਚ ਇਸ ਰੇਲਵੇ ਸਟੇਸ਼ਨ ਦੇ ਉੱਪਰ ਕੰਮ ਨਹੀਂ ਕਰਨਾ ਚਾਹੁੰਦਾ ਸੀ ਤੇ ਫਿਰ ਜ਼ਾਹਰ ਜੀ ਗੱਲ ਹੈ ਜਦੋਂ ਰੇਲਵੇ ਸਟੇਸ਼ਨ ਨੂੰ ਇਸ ਸਟੇਸ਼ਨ ਦੇ ਉੱਪਰ ਕੰਮ ਕਰਨ ਲਈ ਕੋਈ ਕਰਮਚਾਰੀ ਤੱਕ ਨਹੀਂ ਮਿਲ ਰਿਹਾ ਸੀ ਵੱਡੇ ਵੱਡੇ ਅਧਿਕਾਰੀ ਤੇ ਡਿਪਟੀ ਸੀਐਮ ਵੀ ਜਦੋਂ ਇਹ ਗੱਲ ਕਹਿ ਦੇਵੇ ਕਿ ਇਸ ਸਟੇਸ਼ਨ ਦੇ ਵਿੱਚ ਭੂਤ ਹੈ ਤਾਂ ਉਸ ਸਟੇਸ਼ਨ ਦੇ ਉੱਪਰ ਕੰਮ ਵੀ ਕੌਣ ਕਰੇਗਾ ਇਹੀ ਕਾਰਨਾ ਕਰਕੇ ਰੇਲਵੇ ਦੇ ਰਿਕਾਰਡ ਦੇ ਵਿੱਚ ਇਸ ਸਟੇਸ਼ਨ
ਕੋਈ ਪੈਰਾਨੋਰਮਲ ਐਕਟੀਵਿਟੀ ਦੇਖਣ ਦੇ ਲਈ ਪਹੁੰਚ ਗਏ। ਪੈਰਾਨੋਰਮਲ ਸੁਸਾਇਟੀ ਉਹ ਹੁੰਦੀ ਹੈ ਜਿਹੜੀ ਭੂਤਾਂ ਪ੍ਰੇਤਾਂ ਦੀ ਇਨਵੈਸਟੀਗੇਸ਼ਨ ਕਰਦੀ ਹੈ ਤੇ ਇਹਨਾਂ ਦਾ ਪਤਾ ਲਗਾਉਂਦੀ ਹੈ। ਇਹ ਇੱਕ ਪ੍ਰਾਈਵੇਟ ਏਜੰਸੀਆਂ ਹੁੰਦੀਆਂ ਨੇ। ਜਿਵੇਂ ਹੀ ਪੈਰਾਨੋਰਮਲ ਸੁਸਾਇਟੀ ਵਾਲਿਆਂ ਨੇ ਇਸ ਪਿੰਡ ਦੇ ਵਿੱਚ ਪੈਰ ਰੱਖਿਆ ਤਾਂ ਪਿੰਡ ਵਾਲਿਆਂ ਨੇ ਸਾਰੀ ਦੀ ਸਾਰੀ ਕਹਾਣੀ ਪੈਰਾਨੋਰਮਲ ਸੁਸਾਇਟੀ ਵਾਲਿਆਂ ਨੂੰ ਦੱਸ ਦਿੱਤੀ। ਪਿੰਡ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਕਿ ਸਾਡੇ ਪਿੰਡ ਦੀ ਇੱਕ ਲੜਕੀ ਦੀ ਮੌਤ ਹੀ ਰੇਲਵੇ ਸਟੇਸ਼ਨ ਦੀਆਂ ਪਟੜੀਆਂ ਦੇ ਉੱਪਰ ਹੋ ਗਈ ਸੀ ਤੇ ਉਸ ਦਾ ਭੂਤ ਹੀ ਰੇਲਵੇ ਸਟੇਸ਼ਨ ਤੇ ਉਸ ਦੇ ਆਲੇ ਦੁਆਲੇ ਦੇਖਿਆ ਜਾਂਦਾ ਹੈ। ਪਿੰਡ ਵਾਲਿਆਂ ਦਾ ਇੱਥੋਂ ਤੱਕ ਕਹਿਣਾ ਸੀ ਕਿ ਅਸੀਂ ਉਸ ਲੜਕੀ ਦੀ ਆਤਮਾ ਨੂੰ ਕਈ ਵਾਰ ਦਰਖਤਾਂ ਦੇ ਉੱਪਰ ਬੈਠਿਆਂ ਵੀ ਦੇਖਿਆ ਹੈ ਤੇ ਕਈ ਵਾਰ ਇਹ ਲੜਕੀ ਸਟੇਸ਼ਨ ਦੇ ਪਲੇਟਫਾਰਮ ਦੇ ਉੱਪਰ ਵੀ ਨੱਚਦੀ ਦੇਖੀ ਗਈ ਹੈ। ਪਿੰਡ ਵਾਲਿਆਂ ਨੇ ਨਾਲ ਹੀ ਉਹਨਾਂ ਨੂੰ ਇਹ ਵੀ ਦੱਸਿਆ ਕਿ ਜਿਹੜਾ ਇਸ ਲੜਕੀ ਨੂੰ ਦੇਖ ਲੈਂਦਾ ਹੈ ਉਸ ਦੀ ਮੌਤ ਹੋਣੀ ਲਗਭਗ ਤੈਅ ਹੋ ਜਾਂਦੀ ਹੈ। ਪਿੰਡ ਵਾਲਿਆਂ ਦੀ ਇੰਨੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਪੈਰਾਨੋਰਮਲ ਸੁਸਾਇਟੀ ਨੇ ਉਸ ਸਟੇਸ਼ਨ ਦੇ ਉੱਪਰ ਪੂਰੀ ਇੱਕ ਰਾਤ ਗੁਜ਼ਾਰੀ ਤੇ ਉਹਨਾਂ ਨੂੰ ਸਾਰੀ ਰਾਤ ਉੱਥੇ ਕੁਝ ਵੀ ਨਹੀਂ ਦਿਖਾਈ ਦਿੱਤਾ ਤੇ ਸਮਾਂ ਬੀਤਦਾ ਗਿਆ ਤੇ ਸਨ 2009 ਦੇ ਵਿੱਚ ਮਮਤਾ ਬੈਨਰਜੀ ਰੇਲਵੇ ਦੀ ਮਿਨਿਸਟਰ ਬਣ ਗਈ ਤੇ ਰੇਲਵੇ ਮਿਨਿਸਟਰ ਬਣਨ ਤੋਂ ਬਾਅਦ ਇਸ ਰੇਲਵੇ ਸਟੇਸ਼ਨ ਦੀ ਕਹਾਣੀ ਵੀ ਮਮਤਾ ਬੈਨਰਜੀ ਦੇ ਕੰਨਾਂ ਤੱਕ ਪਹੁੰਚ ਗਈ। ਹਾਲਾਂਕਿ ਇਹ ਘਟਨਾ ਨੂੰ ਹੋਇਆ ਹੁਣ ਕਾਫੀ ਸਮਾਂ ਬੀਤ ਗਿਆ ਸੀ ਤੇ ਪਿੰਡ ਵਾਲਿਆਂ ਵੱਲੋਂ ਵੀ ਲਗਾਤਾਰ ਅਰਜ਼ੀਆਂ ਆ ਰਹੀਆਂ ਸਨ ਕਿ ਇਸ ਰੇਲਵੇ ਸਟੇਸ਼ਨ ਨੂੰ ਫਿਰ ਤੋਂ ਚਾਲੂ ਕੀਤਾ ਜਾਵੇ ਕਿਉਂਕਿ ਇਹਨਾਂ ਲੋਕਾਂ ਨੂੰ ਪਿੰਡ ਦੇ ਵਿੱਚ ਸਟੇਸ਼ਨ ਹੋਣ ਦੇ ਬਾਵਜੂਦ ਵੀ ਟ੍ਰੇਨ ਲੈਣ ਦੇ ਲਈ 30 ਤੋਂ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਮਮਤਾ ਬੈਨਰਜੀ ਨੇ ਸਾਰੇ ਪੱਖਾਂ ਨੂੰ ਬਰੀਕੀ ਦੇ ਨਾਲ ਖੰਗਾਲਿਆ ਤੇ ਇਸ ਦੇ ਲਈ ਉਹਨਾਂ ਨੇ ਐਕਸਪਰਟ ਦੀ ਮਦਦ ਵੀ ਲਈ। ਆਖਰਕਾਰ 9 ਸਤੰਬਰ 2009 ਨੂੰ ਫਿਰ ਤੋਂ ਇਸ ਰੇਲਵੇ ਸਟੇਸ਼ਨ ਨੂੰ ਚਾਲੂ ਕਰ ਦਿੱਤਾ ਗਿਆ ਤੇ ਨਾਲ ਹੀ ਇਹ ਸ਼ਰਤ ਰੱਖੀ ਗਈ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋਈ ਵੀ ਟ੍ਰੇਨ ਇਸ ਰੇਲਵੇ ਸਟੇਸ਼ਨ ਦੇ ਉੱਪਰ ਨਹੀਂ ਰੁਕੇਗੀ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਉਸ ਲੜਕੀ ਦੀ ਆਤਮਾ ਇੱਥੇ ਦਿਖਾਈ ਦਿੰਦੀ ਹੈ। ਆਖਰਕਾਰ 9 ਸਤੰਬਰ 2009 ਨੂੰ ਪੂਰੇ 42 ਸਾਲਾਂ ਬਾਅਦ ਇਸ ਰੇਲਵੇ ਸਟੇਸ਼ਨ ਦੇ ਉੱਪਰ ਰਾਂਚੀ ਰਠੀਆ ਐਕਸਪ੍ਰੈਸ ਰੁਕੀ ਤੇ ਜਿਵੇਂ ਹੀ ਟ੍ਰੇਨ ਇਸ ਰੇਲਵੇ ਸਟੇਸ਼ਨ ਦੇ ਉੱਪਰ ਰੁਕਦੀ ਹੈ ਤਾਂ ਕਈ ਡਰੇ ਅਤੇ ਸਹਿਮੇ ਲੋਕ ਇਸ ਟ੍ਰੇਨ ਦੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਕਈ ਇਸ ਦੇ ਵਿੱਚ ਚੜ੍ਹਦੇ ਨੇ ਤੇ ਫਿਰ ਹੌਲੀ ਹੌਲੀ ਸਮਾਂ ਪਾ ਕੇ ਲੋਕਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਸ ਰੇਲਵੇ ਸਟੇਸ਼ਨ ਤੋਂ ਕੋਈ ਖਤਰਾ ਨਹੀਂ ਹੈ। ਭਾਵੇਂ ਕਿ ਇਹ ਘਟਨਾ ਨੂੰ ਹੁਣ ਕਈ ਸਾਲ ਬੀਤ ਗਏ ਪਰ ਅੱਜ ਵੀ ਸ਼ਾਮ ਦੇ 5 ਵਜੇ ਤੋਂ ਬਾਅਦ ਬੇਗਮ ਕੰਡਾਰ ਦੇ ਇਸ ਰੇਲਵੇ ਸਟੇਸ਼ਨ ਦੇ ਉੱਪਰ ਕੋਈ ਵੀ ਟ੍ਰੇਨ ਨਹੀਂ ਰੁਕਦੀ ਤੇ ਇਸ ਸਟੇਸ਼ਨ ਦਾ ਸਾਰਾ ਸਟਾਫ 5 ਵਜੇ ਸਟੇਸ਼ਨ ਨੂੰ ਬੰਦ ਕਰਕੇ ਚਲਿਆ ਜਾਂਦਾ ਹੈ। 5 ਵਜੇ ਤੋਂ ਬਾਅਦ ਇਹ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਦੇ ਨਾਲ ਸੁੰਨਸਾਨ ਹੋ ਜਾਂਦਾ ਹੈ। ਸੋ ਇਹ ਸੀ ਜੀ ਬੇਗਮ ਕੰਡਾਰ ਰੇਲਵੇ ਸਟੇਸ਼ਨ ਦੀ ਪੂਰੀ ਕਹਾਣੀ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਫੇਸਬੁੱਕ ਦੇ ਪੇਜ ਜੋ ਟੀਵੀ ਮੀਡੀਆ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।